ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਅੱਜ ਦੇ ਇਸ ਨਵੇਂ ਸ਼ੋਅ ਵਿੱਚ। ਸੋ ਕੋਸ਼ਿਸ਼ ਕਰੀਦੀ ਹੈ ਕਿ ਜੋ ਰੀਸੈਂਟ ਅਪਡੇਟ ਡਿਵੈਲਪਮੈਂਟ ਹੋਣ ਤੁਹਾਡੇ ਨਾਲ ਆਪਾਂ ਟਾਈਮਲੀ ਸ਼ੇਅਰ ਕਰੀਏ। ਸੋ ਸ਼ੋਅ ਦੀ ਸਟਾਰਟਿੰਗ ਦੇ ਵਿੱਚ ਮੈਂ ਕਲੀਅਰ ਕਰਦਾ ਕਿ ਸ਼ੋਅ ਆਪਣਾ ਰਹੇਗਾ ਕਰੰਟ ਵੀਜ਼ਾ ਰੇਸ਼ੋ ਨੂੰ ਲੈ ਕੇ, ਵੀਜ਼ਾ ਕਿੱਦਾਂ ਦੇ ਆ ਰਹੇ ਨੇ, ਕਿੰਨੇ ਕੁ ਬੱਚਿਆਂ ਨੂੰ ਵੀਜ਼ਾ ਮਿਲ ਰਹੇ ਨੇ, ਜਾਂ ਰਿਜੈਕਸ਼ਨਸ ਦਾ ਰੇਸ਼ੋ ਕੀ ਚੱਲ ਰਿਹਾ। ਸੋ ਐਂਡ ਜਿਨ੍ਹਾਂ ਨੂੰ ਰਿਜੈਕਸ਼ਨ ਆ ਚੁੱਕੇ ਨੇ ਉਹਨਾਂ ਲਈ ਅਗਲਾ ਸਟੈਪ ਕੀ ਹੋਏਗਾ, ਸੋ ਡਿਟੇਲ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਨਾਲ ਦੀ ਨਾਲ ਮੇਰੀ ਐਡਵਾਈਸ ਹੈ, ਕੋਈ ਵੀ ਸਟੂਡੈਂਟ ਅਜੇ ਆਪਣਾ ਐਡਮਿਸ਼ਨ ਪ੍ਰੋਸੈਸ ਅੱਗੇ ਸ਼ੁਰੂ ਕਰਨ ਬਾਰੇ ਸੋਚ ਰਿਹਾ ਤਾਂ ਵੀਜ਼ਾ ਆਫਿਸ ਦੀ ਟੀਮ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਸਾਡੀ ਵੈਬਸਾਈਟ ਹੈ tvostudy.com ਜਾਂ ਸਾਡਾ ਹੈਲਪਲਾਈਨ ਨੰਬਰ ਹੈ 9041090410, ਅਤੇ ਤੁਸੀਂ ਕਾਲ ਕਰਕੇ ਵੀ ਡਿਟੇਲ 'ਚ ਇਨਫੋਰਮੇਸ਼ਨ ਜਿਹੜੀ ਹੈ ਉਹ ਲੈ ਸਕਦੇ ਹੋ। ਸੋ ਸਟਾਰਟ ਕਰਦੇ ਹਾਂ ਅੱਜ ਦੀ ਇੰਪੋਰਟੈਂਟ ਵੀਡੀਓ। ਸੋ ਕਰੰਟ ਸਟੇਟਸ ਦੀ ਗੱਲ ਕਰੀਏ ਤਾਂ ਆਲਮੋਸਟ ਦਸੰਬਰ ਕਲੋਜ਼ਿੰਗ ਵਾਲੇ ਪਾਸੇ ਜਾ ਰਿਹਾ, ਐਂਡ ਜਿਹੜੀ ਅਪਰੂਵਲਸ ਆ ਬੱਚਿਆਂ ਦੀ ਉਹ ਆ ਰਹੀਆਂ ਨੇ। ਹਾਂ, ਹੁਣ ਇੱਥੇ ਹੈ ਕਿ ਅਪਰੂਵਲ ਰੇਸ਼ੋ ਜਿਹੜੀ ਆ, ਨੋ ਡਾਊਟ ਜਿਨ੍ਹਾਂ ਦੇ ਬੈਂਡ ਅੱਛੇ ਨੇ, ਜ਼ਿਆਦਾ ਗੈਪ ਨਹੀਂ ਹੈਗਾ, ਉਹਨਾਂ ਨੂੰ ਵੀਜ਼ਾ ਜਿਹੜੇ ਦੇਖਣ ਨੂੰ ਮਿਲ ਰਹੇ ਆ। ਕੁਛ ਆਪਾਂ ਕੁਛ ਲਿਮਿਟਡ ਕੇਸ ਦੀ ਜੇ ਗੱਲ ਕਰੀਏ ਤਾਂ ਇੱਦਾਂ ਵੀ ਹੈਗਾ ਕਿ ਜੇ ਕਿਸੇ ਨੇ ਕੋਰਸ ਗਲਤ ਲੈ ਲਿਆ ਜਾਂ ਲੈਂਗੁਏਜ ਅਬਿਲਿਟੀ 'ਤੇ ਓਬਜੈਕਸ਼ਨ ਲੱਗਿਆ, ਇੱਦਾਂ ਦੀਆਂ ਰਿਜੈਕਸ਼ਨ ਵੀ ਕਾਫੀ ਆ ਰਹੀਆਂ। ਈਵਨ ਕਈ ਵਾਰੀ ਕਾਮਨ ਉਹੀ ਮਿਸਿੰਗ ਮਾਰਕਸ਼ੀਟ ਹੋ ਗਿਆ ਜਾਂ ਤੁਹਾਡਾ ਜਿਹੜਾ ਵਾਪਸ ਨਹੀਂ ਤੁਸੀਂ ਆਉਣਾ, ਸੋ ਉਹ ਰੀਜ਼ਨ ਵੀ ਆ ਰਿਹਾ। ਇੱਥੇ ਇੱਕ ਚੀਜ਼ ਸਮਝਣ ਦੀ ਲੋੜ ਹੈ ਕਿ ਨੋ ਡਾਊਟ ਵਧੀਆ ਪ੍ਰੋਫਾਈਲ ਨੂੰ ਵੀ ਕਿਸੇ ਬੱਚੇ ਨੂੰ ਰਿਜੈਕਸ਼ਨ ਫੇਸ ਕਰਨੀ ਪਈ ਹੈ, ਉਹ ਰੀਟ੍ਰਾਈ ਕਰਨ ਬਾਰੇ ਸੋਚਣਗੇ, ਜਾਂ ਜਿਨ੍ਹਾਂ ਨੂੰ ਲੈਂਗੁਏਜ ਅਬਿਲਿਟੀ ਦਾ ਓਬਜੈਕਸ਼ਨ ਆਇਆ, ਘੱਟ ਬੈਂਡ 'ਤੇ ਫਾਈਲ ਲਗਾਈ ਸੀ, ਉਹ ਇੰਪਰੂਵਮੈਂਟ ਕਰਨ ਬਾਰੇ ਸੋਚਣ। ਹੁਣ ਇੱਥੇ ਕੁਐਸਚਨ ਇੱਕ ਇਹ ਹੈ ਕਿ ਜਿਨ੍ਹਾਂ ਬੱਚਿਆਂ ਦੀ ਜਦੋਂ ਰਿਜੈਕਸ਼ਨ ਆ ਜਾਂਦੀ ਹੈ ਕਿ ਨਾਲ ਦੀ ਨਾਲ ਫਾਈਲ ਲਗਾ ਦੇਣੀ ਚਾਹੀਦੀ ਹੈ? ਬਹੁਤ ਕਾਲਸ ਮੈਨੂੰ ਆਉਂਦੀਆਂ ਨੇ ਬੱਚਿਆਂ ਦੀਆਂ ਕਿ ਫਾਈਲ ਜਿਹੜੀ ਮੈਂ ਨਾਲ ਦੀ ਨਾਲ ਪੁੱਟਅਪ ਕਰਤੀ, ਚੇਂਜ ਕੀ ਕੀਤਾ, SOP ਚੇਂਜ ਕੀਤੀ, ਜਦਕਿ ਅਗਰ ਪ੍ਰੈਕਟੀਕਲੀ ਦੇਖੀਏ ਤਾਂ ਉਹ ਬੱਚੇ ਦੇ ਪ੍ਰੋਫਾਈਲ ਦੇ ਵਿੱਚ ਹੋਰ ਵੀ ਕਮੀਆਂ ਸੀਗੀਆਂ। ਫੋਰ ਐਗਜ਼ਾਮਪਲ, ਲੈਂਗੁਏਜ ਅਬਿਲਿਟੀ 'ਤੇ ਓਬਜੈਕਸ਼ਨ ਲੱਗਾ ਸੀਗਾ, ਤਾਂ ਇਹਨੂੰ ਆਇਡੈਂਟੀਫਾਈ ਕਰਨਾ ਜ਼ਰੂਰੀ ਹੈ। ਹਾਂ, ਸਕਸੈਸ ਰੇਸ਼ੋ ਜੇ ਦੇਖੀਏ ਆਪਾਂ ਤਾਂ ਜੇ ਅੰਡਰ STS ਕੇਸਿਸ ਦੀ ਗੱਲ ਕਰੀਏ ਜਿਨ੍ਹਾਂ ਦੇ ਬੈਂਡ ਅੱਛੇ ਨੇ, ਨੋ ਡਾਊਟ ਰਿਫਿਊਜ਼ਲ ਘੱਟ ਨੇ, ਲੇਕਿਨ ਹਾਂ ਅੰਡਰ STS ਵੀ 100% ਵੀਜ਼ਾ 'ਤੇ ਪਹਿਲਾਂ ਵੀ ਨਹੀਂ ਸੀਗਾ, ਸੋ ਰਿਫਿਊਜ਼ਲ ਜਿਹੜੀਆਂ ਨੇ ਉਹ ਆਉਣੀਆਂ ਹੀ ਸੀਗੀਆਂ, ਸੋ ਕੁਛ ਲਿਮਿਟਡ ਆਈਆਂ ਨੇ। ਅਪਰੂਵਲ ਜਿਹੜੀਆਂ ਆ ਰਹੀਆਂ ਨੇ, ਅੱਛੀਆਂ ਅਪਰੂਵਲ ਆ ਰਹੀਆਂ, ਲੇਕਿਨ ਸਲੋ ਆ ਰਹੀਆਂ ਨੇ। ਇੱਥੇ ਵੀ ਚੀਜ਼ ਸਮਝਣ ਦੀ ਲੋੜ ਹੈ। ਰੀਸੈਂਟ ਜੋ IRCC ਵੱਲੋਂ ਜੋ ਰੀਸੈਂਟ ਅਪਡੇਟ ਵੀ ਆਈ, ਉਹ 'ਚ ਉਹਨਾਂ ਨੇ ਕਲੀਅਰ ਕਿਹਾ ਕਿ ਰਿਜ਼ਲਟ ਜਿਹੜੇ ਉਹ ਡਿਲੇ ਹੋਣਗੇ, ਜਨਵਰੀ ਵਾਲੇ ਬੱਚੇ ਆਪਣਾ ਕਲਾਸਾਂ ਬਾਰੇ ਦੇਖ ਲੈਣ ਔਨਲਾਈਨ, ਅਦਰਵਾਈਜ਼ ਅਲਟਰਨੇਟਿਵ ਆਪਸ਼ਨ ਜਾਂਦੀ ਕਿ ਤੁਸੀਂ ਆਪਣੀ ਡੈਫਰਮੈਂਟ ਬਾਰੇ ਦੇਖ ਸਕਦੇ ਹੋ। ਹੁਣ ਜੇ ਤੁਹਾਡੀ ਰਿਜੈਕਸ਼ਨ ਆ ਚੁੱਕੀ ਹੈ, ਰੀਅਪਲਾਈ ਕਰਨ ਬਾਰੇ ਸੋਚ ਰਹੇ ਹੋ, ਤਾਂ ਮੇਰੀਆਂ ਕੁਛ ਗੱਲਾਂ ਜਿਹੜੀਆਂ ਮੈਂ ਲਾਸਟ 'ਤੇ ਕਹਾਂਗਾ ਉਹ ਜ਼ਰੂਰ ਕੰਸਿਡਰ ਕਰਨਾ। ਪਹਿਲੀ ਗੱਲ, ਰੀਜ਼ਨ ਨੂੰ ਆਇਡੈਂਟੀਫਾਈ ਕਰੋ। ਜੇ ਰੀਜ਼ਨ ਸਮਝ ਨਹੀਂ ਲੱਗ ਰਿਹਾ, ਕੇਪਸ ਨੂੰ ਅਪਲਾਈ ਕਰ ਲਓ। ਜੇ ਰੀਜ਼ਨ ਆਇਡੈਂਟੀਫਾਈ ਹੋ ਰਿਹਾ, ਫੋਰ ਐਗਜ਼ਾਮਪਲ ਤੁਹਾਡੇ ਸਟੱਡੀ 'ਚ ਗੈਪ ਪੈ ਚੁੱਕਿਆ ਸੀਗਾ, ਤੁਹਾਡੇ ਬੈਂਡ ਸਕੋਰ ਜਾਂ ਗੈਪ ਪੈ ਗਿਆ, ਤਾਂ ਉੱਥੇ ਦੇਖੋ ਤੁਸੀਂ ਚੇਂਜ ਨਹੀਂ ਕਰ ਸਕਦੇ, ਤੁਹਾਡਾ ਰਿਕਾਰਡ ਜਾ ਚੁੱਕਿਆ, ਉੱਥੇ ਤੁਸੀਂ ਸੋਚ ਸਮਝ ਕੇ ਅੱਗੇ ਓਪਟ ਕਰੋ। ਅਦਰਵਾਈਜ਼ ਕੰਟਰੀ ਸਵਿਚ ਕਰ ਲਓ, UK ਜਾਂ ਆਸਟ੍ਰੇਲੀਆ ਤੁਸੀਂ ਓਪਟ ਕਰ ਸਕਦੇ ਹੋ। ਜੇ ਲੈਂਗੁਏਜ ਅਬਿਲਿਟੀ ਮੀਨ ਤੁਸੀਂ ਅਗਰ ਤੁਸੀਂ ਓਵਰਆਲ 6 ਸੀਗੇ, 1.5 ਤੋਂ 5 'ਤੇ ਫਾਈਲ ਲਗਾਈ, ਫਿਰ ਵੀ ਰਿਜੈਕਸ਼ਨ ਆ ਗਿਆ, +2 ਤੋਂ ਬਾਅਦ ਹੀ ਮੈਂ ਗੱਲ ਕਰਿਆ, ਤਾਂ ਇੱਕ ਵਾਰੀ IELTS ਨੂੰ ਜ਼ਰੂਰ ਇੰਪਰੂਵ ਕਰੋ, ਚੀਜ਼ਾਂ ਨੂੰ ਸਮਝੋ, ਆਪਣੇ ਪ੍ਰੋਫਾਈਲ ਨੂੰ ਕੁਛ ਇੰਪਰੂਵਮੈਂਟ ਕਰਕੇ ਜਾਓ। ਜੇ ਡਿਪਲੋਮਾ 'ਚ ਜਾ ਰਹੇ ਸੀਗੇ, ਡਿਗਰੀ ਕੋਰਸ ਲਓ, ਯੂਨੀਵਰਸਿਟੀ ਓਪਟ ਕਰਨ ਦੀ ਕੋਸ਼ਿਸ਼ ਕਰੋ, ਨੋ ਡਾਊਟ ਫੀਸ ਵੱਧ ਹੋਏਗੀ, ਲੇਕਿਨ ਉੱਥੇ ਜਾਣਾ ਹੈ ਤਾਂ ਉਹਦੇ ਲਈ ਤੁਹਾਨੂੰ ਸਨੈਰੀਓ ਕਰੰਟ ਦੇਖਣੇ ਪੈਣੇ ਆ ਕਿ ਵੀਜ਼ਾ ਰੇਸ਼ੋ ਕਿੱਦਾਂ ਇਨਕਰੀਜ਼ ਹੋਏਗੀ, ਕਿੱਦਾਂ ਵੀਜ਼ਾ ਤੁਹਾਡਾ ਆਏਗਾ। ਇੱਥੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਹੁਣ ਜੇ ਗੈਪ ਪੈ ਚੁੱਕਿਆ, ਜਸਟੀਫਿਕੇਸ਼ਨ ਤੁਹਾਡੀ ਜੇ ਅਗਰ ਫਾਈਲ ਨਹੀਂ ਲਗਾਈ, ਜਿੱਦਾਂ ਨਵੇਂ ਐਪਲੀਕੈਂਟ ਨੇ 19 ਪਾਸ ਆਊਟ ਹੋ, ਤਾਂ ਨੋ ਡਾਊਟ ਬਿਨਾਂ ਜਸਟੀਫਿਕੇਸ਼ਨ ਦੇ ਵੀਜ਼ੇ ਆ ਰਹੇ, ਲੇਕਿਨ ਸਟਿਲ ਮੇਰੀ ਐਡਵਾਈਸ 19 ਪਾਸ ਆਊਟ ਬੱਚਿਆਂ ਲਈ ਇਹੀ ਹੈ ਕਿ 1 ਸਾਲ ਦੀ ਜਸਟੀਫਿਕੇਸ਼ਨ, ਕੋਈ ਡਾਕੂਮੈਂਟ ਵਾਲੀ ਜਸਟੀਫਿਕੇਸ਼ਨ ਤੁਹਾਡੀ ਹੋਣੀ ਚਾਹੀਦੀ। ਤੁਸੀਂ ਕੀ ਕੀਤਾ, SOP ਵੀ ਲਿਖ ਸਕਦੇ ਹੋ, ਬਟ ਅਗਰ ਕੋਈ ਡਾਕੂਮੈਂਟ ਹੈਗਾ ਸਪੋਰਟਿਵ ਤਾਂ ਤੁਹਾਡੇ ਜਿਹੜੇ ਵੀਜ਼ਾ ਦੇ ਚਾਂਸਿਸ ਉਹ ਇਨਕਰੀਜ਼ ਹੋ ਜਾਂਦੇ ਆ। 18 ਪਾਸ ਆਊਟ ਬੱਚਾ ਅਗਰ ਬਿਨਾਂ ਕਿਸੇ ਜਸਟੀਫਿਕੇਸ਼ਨ ਦੇ ਫਾਈਲ ਲਗਾ ਰਿਹਾ, ਤੁਹਾਡੇ ਰਿਜੈਕਸ਼ਨ ਦੇ ਚਾਂਸਿਸ ਜ਼ਿਆਦਾ ਨਹੀਂ ਵੀਜ਼ਾ ਨਾਲੋਂ, ਚਾਹੇ ਤੁਹਾਡੇ ਬੈਂਡ ਕਿਉਂ ਨਾ ਅੱਛੇ ਹੋਣ। ਉੱਥੇ ਸਨੈਰੀਓ ਦੇਖਣਾ ਪੈਣਾ, 2 ਸਾਲ ਦੀ ਜਿਹੜੀ ਜਸਟੀਫਿਕੇਸ਼ਨ ਦੇਣੀ, 18 ਪਾਸ ਆਊਟ ਹੋ, 19 ਇੱਕ ਸਾਲ ਹੋ ਗਿਆ, 20 'ਚ 2 ਸਾਲ ਹੋ ਗਏ, 21 ਆਉਣ ਵਾਲਾ ਹੋ ਗਿਆ, 2 ਤੋਂ 2.5 ਸਾਲ ਦੀ ਜਸਟੀਫਿਕੇਸ਼ਨ ਨਾਲ ਤੁਹਾਡੀ ਜ਼ਰੂਰੀ ਹੈ ਅਗਰ ਤੁਸੀਂ ਅਜੇ ਫਾਈਲ ਲਗਾਉਣ ਬਾਰੇ ਸੋਚ ਰਹੇ ਹੋ। ਸੋ ਜ਼ਰੂਰੀ ਹੈ ਚੀਜ਼ਾਂ ਨੂੰ ਸਮਝ ਕੇ ਕੰਸਲਟੈਂਟ ਯੂਜ਼ ਕਰੋ, ਸਪੈਸ਼ਲੀ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਚੁੱਕਿਆ। ਇੱਕ ਵਾਰੀ ਵੀਜ਼ਾ ਆਫਿਸ ਦੀ ਟੀਮ ਨਾਲ ਜ਼ਰੂਰ ਕੰਟੈਕਟ ਕਰੋ। ਇਸੇ ਨੰਬਰ 'ਤੇ ਤੁਸੀਂ ਜੋ ਨੰਬਰ ਡਿਸਪਲੇ ਹੋ ਰਿਹਾ, ਆਪਣੇ ਡਾਕੂਮੈਂਟ ਵਟਸਐਪ ਵੀ ਕਰ ਸਕਦੇ ਹੋ। ਨਾਲ ਦੀ ਨਾਲ ਤੁਸੀਂ ਅਗਰ ਸਾਡੇ ਨਾਲ ਵੀਡੀਓ ਕਾਉਂਸਲਿੰਗ 'ਤੇ ਆਉਣਾ ਚਾਹੁੰਦੇ ਹੋ ਤਾਂ ਸਾਡੀ ਵੈਬਸਾਈਟ ਹੈ tvostudy.com। ਤੁਸੀਂ ਵੈਬਸਾਈਟ 'ਤੇ ਜਾ ਕੇ ਵੀ ਡਿਟੇਲ ਦੇ ਵਿੱਚ ਜਿਹੜਾ ਆਪਣੇ ਸਵਾਲਾਂ ਦੇ ਜਵਾਬ ਜਾਂ ਆਪਣੇ ਪ੍ਰੋਫਾਈਲ ਦੇ ਵਿੱਚ ਅੱਗੇ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਕੀ ਸਨੈਰੀਓ ਦੇਖਣੇ ਚਾਹੀਦੇ, ਉਹ ਸਾਰੀਆਂ ਚੀਜ਼ਾਂ ਡਿਟੇਲ ਦੇ ਵਿੱਚ ਆਪਾਂ ਡਿਸਕਸ ਕਰ ਸਕਦੇ ਹਾਂ। ਸੋ ਦੋਸਤੋ, ਉਮੀਦ ਕਰਦਾ ਵੀਡੀਓ ਤੁਹਾਨੂੰ ਪਸੰਦ ਆਏਗੀ। ਸੋ ਮੇਰੀ ਲਾਸਟ 'ਤੇ ਫਿਰ ਤੋਂ ਇਹੀ ਐਡਵਾਈਸ ਹੈ, ਅਗਰ ਰਿਜੈਕਸ਼ਨ ਆ ਚੁੱਕੀ ਹੈ ਤਾਂ ਨੋ ਡਾਊਟ ਤੁਹਾਨੂੰ ਚੀਜ਼ਾਂ ਨੂੰ ਸਮਝਣਾ ਪਏਗਾ, ਪਹਿਲੇ ਰੀਜ਼ਨ ਫਾਈਂਡ ਕਰੋ। ਕਿਸਮਤ ਸਹਾਰੇ ਨਾਲ ਦੀ ਨਾਲ SOP ਚੇਂਜ ਕਰਕੇ ਵੀਜ਼ਾ ਨਹੀਂ ਆਉਣਾ, ਉੱਥੇ ਚਾਂਸਿਸ ਘੱਟ ਨੇ। ਅਗਰ ਕੋਈ
ਕੇ ਡਿਸੀਜ਼ਨ ਲਓ, ਕਿਉਂਕਿ ਜਨਵਰੀ ਇਨਟੇਕ ਵੈਸੇ ਵੀ ਤੁਹਾਡੇ ਹੱਥੋਂ ਨਿਕਲ ਚੁੱਕੇ ਹੈ, ਡਿਜ਼ਲ ਦੀ ਰਿਜ਼ਲਟ ਨਹੀਂ ਆਉਣਾ, ਤੁਹਾਡੇ ਕੋਲ ਮਈ ਇਨਟੇਕ ਦਾ ਹੀ ਆਪਸ਼ਨ ਹੈ, ਸੋ ਬਾਇਓਮੈਟ੍ਰਿਕ ਤੁਹਾਡੇ ਹੋ ਚੁੱਕੇ ਆ, ਤਾਂ ਹੀ ਤੁਹਾਡਾ ਰਿਜ਼ਲਟ ਆਇਆ। ਸੋ ਐਡਵਾਈਸ ਹੈ, ਚੀਜ਼ਾਂ ਨੂੰ ਸਮਝੋ, ਫਾਈਲ ਦੁਬਾਰਾ ਲਗਾਉਣ 'ਚ ਕਾਹਲੀ ਨਾ ਕਰੋ, ਚੀਜ਼ਾਂ ਨੂੰ ਸਮਝ ਕੇ ਪ੍ਰੋਪਰ ਵੇ ਨਾਲ ਜਸਟੀਫਿਕੇਸ਼ਨ ਦੇ ਕੇ ਆਈਡੈਂਟੀਫਾਈ ਕਰਕੇ ਪ੍ਰੋਬਲਮ ਕੀ ਸੀਗੀ ਉਹਦਾ ਸਲਿਊਸ਼ਨ ਕਰੋ। ਜੇ ਆਇਲਸ ਵੀਕ ਸੀਗਾ ਤਾਂ ਇੰਪਰੂਵ ਕਰੋ, ਡਿਪਲੋਮਾ 'ਚ ਰਿਫਿਊਜ਼ਲ ਤਾਂ ਡਿਗਰੀ ਕੋਰਸ ਲੈ ਸਕਦੇ ਹੋ, ਇੱਦਾਂ ਦੇ ਕਈ ਸਿਨੈਰੀਓ ਜਿਹੜੇ ਤੁਸੀਂ ਓਪਟ ਜ਼ਰੂਰ ਕਰੋ। ਸੋ ਦੋਸਤੋ, ਅੱਜ ਲਈ ਇੰਨਾ ਹੀ, ਮਿਲਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਹੋਰ ਅਪਡੇਟ ਦੇ ਨਾਲ, ਅੱਜ ਦੀ ਦਿਓ ਇਜਾਜ਼ਤ, ਧੰਨਵਾਦ।